ਹੈਲੋ ਫਰੈਂਡਸ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਪੰਜ ਪੈਟਰਨ ਬਣਾਏ ਸੀ ਸਧਾਰਨ ਵਾਕ ਦੇ ਤਾਂ ਅੱਜ ਆਪਾਂ ਛੇਵਾਂ ਪੈਟਰਨ ਡਿਸਕਸ ਕਰਦੇ ਆਂ ਕਿਸ ਇੱਕ ਸਧਾਰਨ ਵਾਕ ਨੂੰ ਆਪਾਂ ਕਿੰਨੇ ਟਾਈਪ ਦੇ ਨਾਲ ਲਿਖ ਸਕਦੇ ਆਂ ਕਿਸ ਸਧਾਰਨ ਵਾਕ ਵੀ 10 ਪੈਟਰਨ ਹੁੰਦੇ ਆ ਇੱਕ ਸਧਾਰਨ ਵਾਕ ਵਿੱਚ ਵੀ ਪੰਜਾਬੀ ਦੇ ਵਿੱਚ ਛੇਵਾਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਨਾਵ ਵਾਕਾਂਸ਼ ਉਹ ਇੱਕ ਕਿਰਿਆ ਵਾਕਾਂਸ਼ ਪਲੱਸ ਕਿਰਿਆ ਵਾਕਾਂਸ਼ ਕਿਰਿਆ ਵਿਸ਼ੇਸ਼ਣ ਵਾਕਾਂਸ਼ ਇਸ ਪੈਟਰਨ ਦੇ ਵਾਕਾਂ ਦੀ ਬਣਤਰ ਵਿੱਚ ਨਾਵ ਵਾਕਾਂਸ਼ ਦੇ ਨਾਲ ਵਿਸ਼ੇਸ਼ਣ ਵਾਕਾਂਸ਼ ਦੀ ਥਾਂ ਜਿਹੜਾ ਪੰਜਵਾਂ ਆਪਾਂ ਪੜਿਆ ਸੀ ਉਹਦੇ ਵਿੱਚ ਕੀ ਸੀ ਵਿਸ਼ੇਸ਼ਣ ਵਾਕਾਂਸ਼ ਲੱਗਿਆ ਸੀ ਨਾ ਅਤੇ ਵਿਸ਼ੇਸ਼ਣ ਵਾਕਾਂਸ਼ ਲੱਗਿਆ ਸੀ ਹੁਣ ਜਿਹੜਾ ਛੇਵਾਂ ਆਪਾਂ ਪੜ ਰਹੇ ਹਾਂ ਉਹਦੇ ਵਿੱਚ ਕੀ ਹੈ ਉਦੋਂ ਕਿਰਿਆ ਵਿਸ਼ੇਸ਼ਣ ਹੀ ਲੱਗਿਆ ਹੋਇਆ ਹੈ ਕਿਰਿਆ ਵਿਸ਼ੇਸ਼ਣ ਵਾਕਾਂਸ਼ ਲੱਗਿਆ ਹੋਇਆ। ਜਿਵੇਂ ਦੇਖੋ ਆਪਾਂ ਵਾਕ ਪੜ੍ਹਦੇ ਆਂ ਲਾੜਾ ਲਾੜੀ ਗੱਡੀਆਂ ਉਤਰੇ। ਲਾੜਾ ਲਾੜੀ ਕੀ ਨੇ ਕਰਤਾ ਨਾਵਾਂਕਾਂਸ਼ਾ ਗੱਡੀਆਂ ਇਹ ਕਿਰਿਆ ਵਿਸ਼ੇਸ਼ਣ ਵਾਕਾਂਸ਼ਾ ਜੋ ਕਿ ਆਪਾਦਾਨੀ ਕਰਕੇ ਰੂਪ ਵਿੱਚ ਮਤਲਬ ਗੱਡੀਆਂ ਹਣ ਕਿਰਿਆ ਵਿਸ਼ੇਸ਼ ਮਤਲਬ ਕਿਥੋਂ ਜਿੱਦਾਂ ਆਪਾਂ ਕਹਿ ਦਈਏ ਲਾਲਾ ਲਾੜੀ ਉਤਰੇ ਵੀ ਆਜੂ ਹਨ ਇਹ ਵੀ ਸੈਂਟੈਂਸ ਬਣ ਗਿਆ ਲਾਲਾ ਲਾੜੀ ਉਤਰੇ ਪਰ ਉਤਰੇ ਉਤਰੇੜਾ ਗਿਰਿਆ ਇਹਦੀ ਵਿਸ਼ੇਸ਼ਤਾ ਕਿ ਵੀ ਉਹ ਗੱਡੀਆਂ ਉਤਰੇ ਨੇ ਕਿਰਿਆ ਦੀ ਵਿਸ਼ੇਸ਼ਣ ਕਿਰਿਆ ਜਿਹੜੀ ਵਿਸ਼ੇਸ਼ਣ ਦੇ ਰੂਪ ਵਿੱਚ ਆ ਰਹੀ ਹੈ ਇਹਦੇ ਵਿੱਚ ਉਤਰੇ ਕੀ ਹੈ ਮਤਲਬ ਪਾਸ ਦੀ ਤੁਨੋਂ ਦਸਰੇ ਹੈ ਪਿਛਲੇ ਦਸਰੇ ਹੈਗਾ ਤੇ ਇਹ ਅਕਰਮਕਾ ਇਹਦੇ ਵਿੱਚ ਕਰਮ ਨਹੀਂ ਨੈਕਸਟ ਦੇਖੋ ਜਿਵੇਂ ਆਪਾਂ ਪੜ੍ਹੀਏ ਸਾਡਾ ਘਰ ਬਾਹਰ ਬਾਰ ਹੈ ਜੇ ਆਪਾਂ ਉਦਾਂ ਵੀ ਇੱਕ ਸੈਂਟੈਂਸ ਵੀ ਬਣ ਜੂ ਜਿਵੇਂ ਆਪਾਂ ਇਹਨੂੰ ਕੱਟ ਦਈਏ ਸਾਡਾ ਘਰ ਹੈ ਇਹ ਵੀ ਬਣ ਗਿਆ ਸੈਂਟੈਂਸ ਬਟ ਬਾਹਰ-ਬਾਰ ਕੀ ਹੈ ਦੀ ਵਿਸ਼ੇਸ਼ਤਾ ਵੀ ਸਾਡਾ ਘਰ ਬਾਹਰ-ਬਾਰ ਹੈ ਬਾਹਰ-ਬਾਰ ਹੈ ਜਿਵੇਂ ਦੇਖੋ ਇਸ ਬਾਗ ਵਿੱਚ ਸਾਡਾ ਘਰ ਬਾਗ ਦਾ ਕੀ ਹੈ ਵਿਆਕਰਨਿਕ ਉਦੇਸ਼ ਹੈ ਇਹਦੇ ਬਾਰੇ ਕੁਝ ਦੱਸਿਆ ਗਿਆ ਸਾਨੂੰ ਨਾ ਉਦੇਸ਼ ਦਾ ਮਤਲਬ ਉਹੀ ਹੁੰਦਾ ਜਿਹੜਾ ਬਾਗ ਦੇ ਵਿੱਚ ਕੁਝ ਕਿਹਾ ਹੈਗਾ ਜਿਸ ਬਾਰੇ ਬਾਹਰ-ਬਾਰ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਜਿਹੜਾ ਹੈ ਉਹ ਐਡ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਹੈਗਾ ਹੁਣ ਦੇ ਇਹ ਤਾਂ ਹੋ ਗਿਆ ਸੈਕੰਡ ਥਰਡ ਦੇਖੋ ਚੋਰ ਅੰਦਰ ਲੁਕ ਗਿਆ ਜੇ ਆਪਾਂ ਨੂੰ ਲਿਖੀਏ ਚੋਰ ਲੁਕ ਗਿਆ ਇਹ ਵੀ ਠੀਕ ਆ ਬਟ ਚੋਰ ਕੀ ਹੈ ਵਿਸ਼ੇਸ਼ਤਾ ਕਿੱਥੇ ਆ ਵੀ ਅੰਦਰ ਲੁਕ ਗਿਆ ਚੋਰ ਇਹਦੇ ਵਿੱਚ ਇੱਕ ਵਚਨ ਵੀ ਹੈ ਪਲਿੰਗ ਵੀ ਇਹ ਕਰਤਾ ਨਾਵਕਾਂ ਚ ਵੀ ਆ ਜਿਹੜਾ ਅੰਦਰ ਆ ਇਹ ਸਥਾਨ ਸੂਚਕ ਕਰਿਆ ਵਿਸ਼ੇਸ਼ਣ ਹੈ ਇਹ ਸਥਾਨ ਕੀ ਹੈ ਅੰਦਰ ਲੁਕ ਗਿਆ ਕੀ ਹੈ ਅਕਰਮਕ ਹੈ ਇਹਦੇ ਵਿੱਚ ਕਰਮ ਨਹੀਂ ਹੋਇਆ ਹੁਣ ਚੌਥਾ ਦੇਖੋ ਲੋਕਰਾਜ ਵਿੱਚ ਲੋਕਾਂ ਦੀ ਹਾਲਤ ਦਿਨੋਂ-ਦਿਨ ਵਿਗੜ ਰਹੀ ਹੈ ਇਹ ਆਪਾਂ ਜਿਹਨੂੰ ਆਪਾਂ ਵੈਸੇ ਸਿੰਪਲ ਸੈਂਟੈਂਸ ਬਣਾਵਾਂਗੇ ਤਾਂ ਲੋਕਰਾਜ ਵਿੱਚ ਲੋਕਾਂ ਦੀ ਹਾਲਤ ਵਿਗੜ ਰਹੀ ਹੈ ਆਪਾਂ ਇਹ ਕਵਾਂਗੇ ਬਟ ਦਿਨੋਂ-ਦਿਨ ਵਿਸ਼ੇਸ਼ਤਾ ਕੀ ਇਹ ਕਿਰਿਆ ਦੀ ਵਿਹਾਲਤ ਵਿਗੜ ਰਹੀ ਹੈ ਪਰ ਕਿਵੇਂ ਦਿਨੋਂ-ਦਿਨ ਵਿਗੜ ਰਹੀ ਹੈ ਨਾ ਇਹ ਵਾਕ ਸਬੰਧਕੀ ਵਾਕਾਂਚਾ ਜਿਵੇਂ ਲੋਕਰਾਜ ਵਿੱਚ ਵਿੱਚ ਕੀ ਹੈ ਸਬੰਧ ਗਾਲੀ ਲੋਕਾਂ ਦੀ ਹਾਲਤ ਕਰਤਾ ਨਾਵਗੰਚ ਦਿਨੋਂ ਦਿਨ ਦਿਨੋਂ ਦਿਨ ਕੀ ਹੈ ਕਿਰਿਆ ਵਿਸ਼ੇਸ਼ਣ ਵਾਕੰਚ ਵਿਗੜ ਰਹੀ ਕੀ ਹੈ ਕਿਰਿਆ ਵਾਕੰਚ ਨੈਕਸਟ ਦੇਖੋ ਲੋਕ ਨਿਰਾਸ਼ਾ ਦੇਹਨੇ ਰੇ ਵਿੱਚ ਗੁਆਚੇ ਹੋਏ ਹਨ ਲੋਕ ਨਿਰਾਸ਼ਾ ਦਾਹਨੇ ਲਗੀ ਹੈ ਜੇ ਆਪਾਂ ਲਿਖੇ ਲੋਕ ਗਵਾਚੇ ਹੋਏ ਹਨ ਇਹ ਵੀ ਵਾਜੂ ਵਾਕਤਾ ਵੀ ਬਣ ਗਿਆ ਲੋਕ ਗਵਾਚੇ ਹੋਏ ਹਨ ਬਟ ਜਿਹੜਾ ਆਪਾਂ ਪੈਟਰਨ ਦੇਖ ਰਹੇ ਆ ਕਿਰਿਆ ਵਿਸ਼ੇਸ਼ਣ ਵਾਲਾ ਉਹਦੇ ਵਿੱਚ ਕੀ ਏ ਲੋਕ ਨਿਰਾਸ਼ਾ ਦੇ ਹਨੇਰੇ ਵਿੱਚ ਵਿਸ਼ੇਸ਼ਤਾ ਕਿਰਿਆ ਦੀ ਵਿੱਚ ਵਿਸ਼ੇਸ਼ਤਾ ਕੀ ਏ ਕਿ ਲੋਕ ਨਿਰਾਸ਼ਾ ਦੇ ਹਨੇਰੇ ਵਿੱਚ ਗਵਾਚੇ ਹੋਏ ਹਨ ਇਸ ਵਾਕ ਵਿੱਚ ਲੋਕ ਕੀ ਹੈ ਜੀ ਕਰਤਾ ਨਾਵਕੰਚ ਹੈ ਨਿਰਾਸ਼ਾ ਦੇ ਹਨੇਰੇ ਵਿੱਚ ਕੀ ਹੈ ਕਿਰਿਆ ਵਿਸ਼ੇਸ਼ਣ ਵਾਕਾਂਚਾ ਹੈ ਗੁਆਚੇ ਹੋਏ ਹਨ ਕਿਰਿਆਵਾਕੰਚ ਜਿਹੜੀ ਕਿਰਿਆ ਗੁਆਚੇ ਹੋਈ ਦੀ ਜਿਹੜੀ ਗੁਆਚੇ ਹੋਏ ਹਨ ਕਿਰਿਆਵਾਕੰਚ ਹੈ ਇਹ ਦਾ ਮੇਲ ਲੋਕ ਨਾਲ ਹੈ ਲੋਕ ਗੁਆਚੇ ਹੋਏ ਹਨ ਸੈਵਨਥ ਜਿਹੜਾ ਹੈਗਾ ਪੈਟਰਨ ਦੇਖਦੇ ਆਪਾਂ ਸਤਵਾਂ ਪੈਟਰਨ ਕੀ ਹੈ ਜੀ ਕਰਤਾ ਨਾਵਾਕੰਚ ਪਲੱਸ ਸਬੰਧਗੀਵਾਕੰਚ ਪਲੱਸ ਕਿਰਿਆਵਾਕੰਚ ਇਸ ਪੈਟਰਨ ਦੇ ਵਾਕਾਂ ਦੀ ਬਣਤਰ ਵਿੱਚ ਕਰਤਾ ਨਾ ਵਾਕਾਂਛ ਦੇ ਨਾਲ ਕੀ ਹੁੰਦਾ ਜੀ ਸਬੰਧਕੀ ਵਾਕਾਂ ਚ ਆਉਂਦਾ ਹੈ ਹੁਣ ਦੇਖੋ ਇੱਥੇ ਇਹ ਗੱਲ ਵੀ ਬਨਨ ਜੋਗ ਹੈ ਕਿ ਪੰਜਾਬੀ ਦੇ ਸਾਰੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤਾਂ ਸਬੰਧਕਾਂ ਵਾਂਗ ਵਿਹਾਰ ਕਰਦੇ ਹਨ ਪਰ ਇਹਨਾਂ ਜ਼ਰੂਰੀ ਨਹੀਂ ਹੈਗਾ ਆਪਾਂ ਐਗਜ਼ਾਮਪਲ ਦੇਖ ਲੈਨੇ ਕਿ ਵਾਕ ਕਿਵੇਂ ਬਣਦਾ ਇਹਦੇ ਨਾਲ ਇਹ ਪੈਟਰਨ ਨਾਲ ਵਾਕ ਕਿਵੇਂ ਬਣਦਾ ਜਿਵੇਂ ਸੁਖਬੀਰ ਕਮਰੇ ਅੰਦਰ ਬੈਠੀ ਸੀ ਨੈਕਸਟ ਕੀ ਏ ਕੁੱਤਾ ਗਲੀ ਵਿੱਚ ਭੌਂਕਦਾ ਸੀ ਸੁਖਬੀਰ ਜਿਹੜਾ ਪਹਿਲਾ ਆਪਾਂ ਬੜਿਆ ਸੈਂਟੈਂਸ ਹੋ ਗਈ ਸੀ ਸੁਖਬੀਰ ਕਮਰੇ ਵਿੱਚ ਬੈਠੀ ਸੀ ਐਂ ਦੂਜਾ ਹੈਗਾ ਕੁੱਤਾ ਗਲੀ ਵਿੱਚ ਭੌਂਕਦਾ ਸੀ ਇਹਨਾਂ ਦੋਹਾਂ ਵਾਕਾਂ ਵਿੱਚ ertidbar ਜਦੋਂ ਪਹਿਲਾਂ ਆਪਾਂ ਸੁਖਬੀਰ ਪੜਿਆ ਸੈਕਿੰਡ ਦੇ ਵਿੱਚ ਕੁੱਤਾ ਸ਼ਬਦ ਆ ਗਿਆ ਇਹ ਦੋਨੇ ਕੀ ਨੇ ਕਰਤਾ ਨਾਵ ਵਾਕਾਂਛਾ ਉਹ ਪਿੱਛੇ ਆਪਾਂ ਪੜਿਆ ਸੁਖਬੀਰ ਕਮਰੇ ਅੰਦਰ ਬੈਠੀ ਹੈ ਕਮਰੇ ਅੰਦਰ ਅਤੇ ਇਹ ਗਲੀ ਵਿੱਚ ਇਹ ਕੀ ਹੈ ਜੀ ਗਲੀ ਵਿੱਚ ਕਮਰੇ ਅੰਦਰ ਇਹ ਸੰਬੰਧ ਕੀ ਵਾਕਾਂਚ ਆਗੇ ਬੈਠੀ ਸੀ ਕਿਰਿਆ ਵਾਕਾਂਚਾ ਪਾਸਟ ਹੈ ਨਾ ਜਿਹਨੂੰ ਆਪਾਂ ਭੂਤਕਾਲ ਕਹਿੰਦੇ ਨੇ ਪਾਸਟ ਬੈਠੀ ਸੀ ਐਂਡ ਇੱਥੇ ਕੀ ਆ ਭੌਂਕਦਾ ਸੀ ਇਹ ਕਿਰਿਆ ਵਾਕਾਂਚਾ ਦੋਨਾਂ ਦੋਨਾਂ ਸੈਂਟੈਂਸ ਦੀ ਆਪਾਂ ਕਰ ਰਹੇ ਹਾਂ ਦੋਹਾਂ ਵਾਕਾਂ ਦੇ ਵਿੱਚ ਜਿਹੜੀ ਕਿਰਿਆ ਦੀ ਸਮਤਾ ਕਿਰਿਆ ਵਾਕਾਂਚ ਦੀ ਜਿਹੜਾ ਮੇਲ ਆ ਉੱਕ ਕਰਤਾ ਨਾਵ ਕੰਚ ਨਾਲ ਜਿਵੇਂ ਦੇਖੋ ਸੁਖਬੀਰ ਕਮਰੇ ਅੰਦਰ ਬੈਠੀ ਸੀ ਸੁਖਬੀਰ ਕੁੜੀ ਹੈ ਨਾ ਸੁਖਬੀਰ ਇੱਕ ਫੀਮੇਲ ਹੈ ਤਾਂ ਕਰਕੇ ਸੁਖਬੀਰ ਦੇ ਉੱਥੇ ਕੀ ਲੱਗਿਆ ਜਮਾ ਐਂਡ ਤੇ ਜਾ ਕੇ ਆਪਾਂ ਸੁਖੀ ਨਾਲ ਵੀ ਬੈਠੀ ਹੈ ਸਾਨੂੰ ਤੁਹ ਪਤਾ ਲੱਗਿਆ ਵੀ ਇਹ ਫੀਮੇਲ ਹੈ ਕੁੱਤਾ ਭੌਂਕਦਾ ਸੀ ਭੌਂਕਦਾ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਦਾ ਭੌਂਕਦਾ ਕਿਰਿਆ ਵਾ ਕੰਚ ਦਾ ਮੇਲ ਕੁੱਤਾ ਕਰਤਾ ਨਾਲ ਹੈ ਨੈਕਸਟ ਦੇਖੋ ਅਰਥ ਪੈਟਰਨ ਦੇਖੀਏ ਇਹਦੇ ਵਿੱਚ ਕਰਮਨਾਵ ਕੰਛ ਪਲਸ ਕਿਰਿਆਵ ਕੰਛ ਸਭ ਤੋਂ ਪਹਿਲਾ ਪੈਟਰਨ ਜਿਹੜਾ ਅਪ ਕੀਤਾ ਸੀ ਉਹਦੇ ਵਿੱਚ ਕਰਤਾ ਨਾਵ ਕੰਛ ਸੀ ਸਿਰਫ ਇਸ ਟਾਈ ਇਹਦੀ ਥਾਂ ਤੇ ਉੱਥੇ ਕਰਤਾ ਨਾਵ ਕੰਛ ਲਿਖਿਆ ਸੀ ਇੱਥੇ ਕਿਰਿਆਵ ਕੰਛ ਲਿਖਿਆ ਤਾਂ ਉਹ ਸੀ ਜੀ ਕਰਤਰੀ ਕਰਤਰੀ ਵਾਕ ਸੀ ਇਹ ਹੈਗਾ ਕਰਮਣੀ ਇਹ ਕੀ ਹੈ ਜੀ ਇਕ ਕਰਮਣੀ ਕਰਮਣੀ ਵਾਚੀ ਨੇ ਉਹ ਕਰਤਰੀ ਵਾਚੀ ਸੀ ਮਤਲਬ ਇਹਦੇ ਵਿੱਚ ਕਰਮ ਹੈਗਾ ਉਹਦੇ ਵਿੱਚ ਕਰਤਾ ਸੀ ਪਹਿਲਾਂ ਵਾਲੇ ਵਿੱਚ ਜਿਹੜਾ ਫਰਸਟ ਆਪਾਂ ਪੜਿਆ ਬਿਲਕੁਲ ਫਰਸਟ ਪੈਟਰਨ ਜਿਹੜਾ ਪੜਿਆ ਆਪਾਂ ਇਹਦੇ ਵਿੱਚ ਕਰਤਾ ਨਾਵਕਾਂਚ ਪ੍ਰਤੱਖ ਨਹੀਂ ਹੁੰਦਾ ਹੁੰਦਾ ਤਾਂ ਹੈਗਾ ਹੀ ਇਹ ਕਰਤਾ ਨਾਵਕਾਂਚ ਬਟ ਜਿੱਦਾਂ ਆਪਾਂ ਕਹਿੰਦੀ ਆਪ ਨੂੰ ਸਰਫੇਸ ਸਟਰਕਚਰ ਵਿੱਚ ਪਤਾ ਨਹੀਂ ਲੱਗ ਰਿਹਾ ਹੁੰਦਾ ਵੀ ਇਹ ਕਰਤਾ ਨਾਵਕਾਂਚ ਇਹਦੇ ਵਿੱਚ ਕਰਮ ਨਾਵਕਾਂਚ ਦੀ ਪ੍ਰਧਾਨਤਾ ਹੁੰਦੀ ਹੈ ਕਰਮਣੀ ਵਾਚੀ ਹੁੰਦਾ ਹੈ ਇਹ ਜੇ ਦੇਖੋ ਜੇ ਕਿਰਿਆ ਵਕੰਚ ਦੀ ਸਮਤਾ ਸਬੰਧਕ ਜਦੋਂ ਦਾ ਸਬੰਧਕ रहत कर्म ਨਾਲ ਵਕੰਚ ਹੋਊਗਾ ਨਾ ਕਰਮ ਇੱਥੇ ਜਿਨਾ ਜਿੱਦਾਂ ਇੱਥੇ ਲੱਗਿਆ ਹੋਊਗਾ ਸਬੰਧਕ ਤਾਂ ਜਿਹੜੀ ਕਿਰਿਆ ਵਕੰਚ ਆ ਨਾ ਇਹ ਸਮਤਾ रहत ਹੋਊਗੀ ਇਹਦਾ ਕਿਸੇ ਨਾਲ ਕੋਈ ਮੇਲ ਨਹੀਂ ਹੋ ਜੇ ਤਾਂ ਸਬੰਧਕ ਨਹੀਂ ਲੱਗਿਆ ਤਾਂ ਫਿਰ ਕਰਮ ਨਾਲ ਵਕੰਚ ਨਾਲ ਮੇਲ ਹੋਊਗਾ ਜਿਵੇਂ ਅਰਦਾਸ ਕੀਤੀ ਗਈ ਅਰਦਾਸ ਕੀਤੀ ਗਈ ਦੂਜਾ ਹੈਗਾ ਪ੍ਰਤੀਨਿਧਾਂ ਨੂੰ ਚੁਣਿਆ ਗਿਆ ਹੁਣ ਅਰਦਾਸ ਕੀਤੀ ਗਈ ਅਰਦਾਸ ਵੀ ਇੱਕ ਵਚਨ ਹੈ ਕੀਤੀ ਗਈ ਸਾਰੇ ਇੱਕ ਵਚਨ ਨੇ ਸਾਨੂੰ ਪਤਾ ਲੱਗ ਰਿਹਾ ਜਿਹੜਾ ਗਈ ਆ ਉਹਦਾ ਮੇਲ ਅਰਦਾਸ ਕਰਮ ਨਾਲ ਹੋ ਰਿਹਾ ਦੂਜਾ ਪ੍ਰਤੀਨਿਧਾਂ ਨੂੰ ਚੁਣਿਆ ਗਿਆ ਇਦੇ ਵਿੱਚ ਕਿਰਿਆ ਦਾ ਕਿਸੇ ਨਾਲ ਕੋਈ ਮੇਲ ਨਹੀਂ ਸਮਤਾ ਰਹਤ ਹੈ ਕਿਰਿਆ ਇੱਥੇ ਸਮਤਾ ਰਹਤੇ ਜੇ ਮੈਂ ਪਹਿਲੇ ਵਾਕ ਵਿੱਚ ਅਰਦਾਸ ਇੱਕ ਵਚਨ ਵੀ ਹੈ स्त्रीलिंग ਵੀ ਹੈ ਕਰਮਨਾਵਕਾਂਚ ਵੀ ਹੈਗਾ ਨਾ ਐਂਡ ਕੀਤੀ ਗਈ ਜਿਹੜਾ ਕਿਰਿਆ ਵਕਾਂਚਾ ਕਰਮਨਾਵਕਾਂਚ ਨਾਲ ਦੀ ਸਮਤਾ ਭਾਵ ਮੇਲ ਹੈ ਦੂਸਰਾ ਦੇਖੋ ਦੂਜੇ ਵਾਕ ਦੇ ਵਿੱਚ ਪ੍ਰਤੀਨਿਧਾ ਮੋਵਚਨ ਹੋ ਗਿਆ ਪਲਿੰਗ ਹੋ ਗਿਆ ਕਰਮਨਾਵਕਾਂਚ ਹੋ ਗਿਆ ਇਹਦੀ ਜਿਹੜੀ ਕਿਰਿਆ ਵਕਾਂਚਾ ਉਹ ਸਮਤਾ ਰਹਿਤ ਹੈ ਪਾਵ ਆਪਾਂ ਪੜਾਇਆ ਸੀ ਨਾ ਪਿੱਛੇ ਵੀ ਜਦੋਂ ਇੱਥੇ ਸੰਬੰਧਕ ਕੋਈ ਵੀ ਆ ਗਿਆ ਇੱਥੇ ਕੋਈ ਸੰਬੰਧਕ ਆ ਗਿਆ ਇਹਦੇ ਨਾਲ ਕੋਈ ਵੀ ਜਦੋਂ ਇੱਥੇ ਸੰਬੰਧਕ ਲੱਗ ਜੂ ਇਹਦੇ ਵਿੱਚ ਇਹਨਾਂ ਦੋਨਾਂ ਵਾਕਾਂ ਦੇ ਜੋ ਸੰਬੰਧਕ ਵਿੱਚ ਲੱਗ ਜੂ ਤਾਂ ਕਿਰਿਆ ਦਾ ਕਿਸੇ ਨਾਲ ਮੇਲ ਨਹੀਂ ਹੋਵੇਗਾ ਅਗਰ ਇੱਥੇ ਸੰਬੰਧਕ ਨਹੀਂ ਲੱਗਾ ਤਾਂ ਕਰਮ ਨਾਵ ਕਾਂਚ ਨਾਲ ਉਹਦਾ ਮੇਲ ਹੋਊਗਾ ਸੋ ਦੇਖੋ ਨਵਾਂ ਪੈਟਰਨ ਦੇਖਦੇ ਹਾਂ ਜੀ ਆਪਾਂ अपदान कर्म नावकंच प्रधान कर्म नावकंच एंड क्रिया वाकंच इस पैटर्न ਦੇ ਵਾਕਾਂ ਦੇ ਬਣਤਰ ਵਿੱਚ ਕਰਤਾ ਨਾਵਕੰਚ ਪ੍ਰਤੱਖ ਯੁਕਤ ਵਿੱਚ ਤਾਂ ਹੁੰਦਾ ਨਹੀਂ ਜੇ ਪਹਿਲਾਂ ਵੀ ਆਪਾਂ ਪੜਾਇਆ ਪ੍ਰਤੱਖ ਵਿੱਚ ਨਹੀਂ ਹੁੰਦਾ ਜਿੱਦਾਂ ਆਪਾਂ ਦੇਖੋ ਸਭ ਨੂੰ ਤੋਹਫੇ ਦਿੱਤੇ ਗਏ ਸਭ ਨੂੰ ਤੋਹਫੇ ਦਿੱਤੇ ਗਏ ਹੁਣ ਸਭ ਨੂੰ ਇਹ ਕੀ ਆ ਇਹ ਹੈਗਾ ਇਹ ਹੈਗਾ ਆਪਾਂ ਚੇਂਜ ਕਰਦੇ ਹਾਂ ਸਭ ਨੂੰ ਕੀ ਆ ਅਪ੍ਰਧਾਨ ਕਰਮਨਾਵਕਾਂਛ ਹੈ ਤੋਫੇ ਕੀ ਆ ਪ੍ਰਧਾਨ ਕਰਮਨਾਵਕਾਂਛ ਦਿੱਤੇ ਗਏ ਕੀ ਆ ਕਰਿਆਵਾਕਾਂਛ ਠੀਕ ਹੈ ਜੀ ਨੂੰ ਮਤਲਬ ਆ ਸਮਝ ਗਏ ਨਾ ਪਿੱਛੇ ਆਪਾਂ ਕਰਕੇ ਆਏ ਸੀ ਜਦੋਂ ਨੂੰ ਆ ਜੇ ਜਿਹਦੋਂ ਪਹਿਲਾਂ ਨੂੰ ਲੱਗਿਆ ਹੋਵੇ ਉਹ ਕੀ ਹੁੰਦਾ ਅਪ੍ਰਧਾਨ ਕਰਮ ਹੁੰਦਾ ਤੇ ਪ੍ਰਧਾਨ ਕਰਮ ਕਿਹੜਾ ਤੋਹਫੇ ਨੇ ਨੈਕਸਟ ਐਗਜ਼ਾਮਪਲ ਦੇਖਦੇ ਆਪਾਂ ਦੇਖੋ ਉਹਨਾਂ ਨੂੰ ਦੁੱਧ ਪਿਆਇਆ ਜਾਂਦਾ ਹੈ ਉਹਨਾਂ ਨੂੰ ਦੁੱਧ ਕੀ ਇਹਦੇ ਵਿੱਚ ਮੇ ਜਿਹਦਾ ਪ੍ਰਧਾਨ ਕਰਮ ਨਾ ਵਕਨਚੇ ਪ੍ਰਧਾਨ ਹੈ ਪਿਆ ਜਾਂਦਾ ਹੈ ਕਿਰਿਆ ਨਾ ਵਕਨਚੇ ਜੇ ਆਪਾਂ ਜਿਹੜਾ ਪਾਣੀ ਲੈ ਆਏ ਇਹਦੇ ਵਿੱਚ ਵੀ ਉਦਾਂ ਹੀ ਲਿਖਿਆ ਹੋਇਆ ਸਾਰੀ ਸੰਗਤ ਨੂੰ ਲੰਗਰ ਵਰਤਾਇਆ ਗਿਆ ਬਿਲਕੁਲ ਸਿੰਪਲ ਇਹ ਹੈਗਾ ਸਾਰੀ ਸਾਈ ਸੰਗਤ ਨੂੰ ਇਹ ਆ ਗਿਆ ਅ ਪ੍ਰਧਾਨ ਕਰਮਨਾਵ ਕਾਂਚ ਜਿਹੜਾ ਲੰਗਰ ਹੈ ਪ੍ਰਧਾਨ ਕਰਮਨਾਵ ਕਾਂਚ ਵਰਤਾਇਆ ਗਿਆ ਕੀ ਹੈ ਕਿਰਿਆ ਵਕਾਂਚ ਹੁਣ ਜਿਹੜਾ ਹੈਗਾ ਜਿਵੇਂ ਕਿਰਿਆ ਵਕਾਂਚ ਦਾ ਮੇਲ ਮੇਨ ਇਹਦੇ ਨਾਲ ਅ ਪ੍ਰਧਾਨ ਕਰਮਨਾਵ ਕਾਂਚ ਨਾਲ ਵਰਤਾਇਆ ਗਿਆ ਦਾ ਮੇਲ ਕਿਹਦੇ ਨਾਲ ਹੈ ਪ੍ਰਧਾਨ ਕਰਮ ਦਾ ਨਾਲ ਹੀ ਹੁਣ 10th ਦੇਖੋ ਲਾਸਟ ਆਪਣਾ ਇਹ ਇਹਦੇ ਵਿੱਚ ਕਹਿੰਦੇ ਆ ਕਰਤਾ ਨਾਵਕਾਂ 'ਚ ਵੀ ਹੋਊਗਾ ਕਰਮ ਨਾਵਕਾਂ 'ਚ ਵੀ ਹੋ ਸਾਧਨ ਐਨ ਕਿਰਿਆ ਸਾਧਨ ਮਤਲਬ ਕਿਸੇ ਕਿਸੇ ਚੀਜ਼ ਨਾਲ ਆਪਾਂ ਕਿਹੜਾ ਕਰਤਾ ਕਿਹੜੇ ਕਰਤਾ ਨੇ ਕਿਹੜਾ ਕਰਮ ਕੀਤਾ ਤੇ ਕਿਸ ਦੇ ਰਾਹੀਂ ਕੀਤਾ ਇਹਦੇ ਵਿੱਚ ਆਪਾਂ ਇਹ ਦੇਖਦੇ ਆ ਜਿਵੇਂ ਉਸ ਨੇ ਸੱਪ ਨੂੰ ਡੰਡੇ ਨਾਲ ਮਾਰਿਆ ਉਸ ਨੇ ਕੀਆ ਉਸ ਕੀ ਹੈ ਕਰਤਾ ਨੇ ਕੀਆ ਸਬੰਧਕ ਸੱਪ ਕੀ ਹੈ ਕਰਮ ਨੂੰ ਕੀ ਹੈ ਸਬੰਧਕ ਡੰਡਾ ਕੀ ਹੈ ਸਾਧਨ ਹੈ ਕੁਝ ਜਿਵੇਂ ਆਪਾਂ ਲਿਖੇ ਉਸ ਨੇ ਸੱਪ ਨੂੰ ਮਾਰਿਆ ਵੈਸੇ ਤਬਾਕ ਇਦਾਂ ਵੀ ਬਣ ਸਕਦਾ ਉਸ ਨੇ ਸੱਪ ਨੂੰ ਮਾਰਿਆ ਸੱਪ ਨੂੰ ਮਾਰਿਆ ਬਟ ਇੱਥੇ ਆਪਾਂ ਜਿਹੜਾ ਪਾਪਾ ਪੈਟਰਨ ਦੀ ਗੱਲ ਕਰ ਰਹੇ ਹਾਂ ਤਾਂ ਕਰਕੇ ਇੱਥੇ ਸਾਨੂੰ ਪਤਾ ਲੱਗ ਰਿਹਾ ਵੀ ਕਿ ਕਿਹਦੇ ਰਾਹੀਂ ਮਾਰਿਆ ਸੱਪ ਨੂੰ ਸੱਪ ਨੂੰ ਡੰਡੇ ਨਾਲ ਮਾਰਿਆ ਨੈਕਸਟ ਦੇਖੋ ਰਾਤੀ ਅਸੀਂ ਸਾਗ ਨਾਲ ਰੋਟੀ ਖਾਧੀ ਹੁਣ ਆਪਾਂ ਇੱਥੇ ਵੀ ਲਿਖ ਸਕਦੇ ਹਾਂ ਅਸੀਂ ਸਾਗ ਨਾਲ ਰੋਟੀ ਖਾਧੀ ਵੀ ਬਣ ਜੂ ਬਟ ਆਪਾਂ ਪੈਟਰਨ ਦੇ ਅਕੋਰਡਿੰਗ ਚ ਚੱਲਦੇ ਆਂ ਦਾ ਰਾਤੀ ਕੀ ਹੈ ਗਿਆ ਰਾਤੀ ਕੀ ਆ ਕਿਰਿਆ ਵਿਸ਼ੇਸ਼ਣ ਰਾਤੀ ਕੀ ਹੈ ਕਿਰਿਆ ਵਿਸ਼ੇਸ਼ਣ ਵੀ ਆ ਤੇ ਇਹਦੇ ਨਾਲ ਇਹ ਵੀ ਪਤਾ ਲੱਗਦਾ ਵੀ ਸਾਨੂੰ ਸਾਧਨ ਇੱਥੇ ਕੀ ਹੈ ਸਾਧਨ ਕੀ ਹੈ ਸਾਗ ਨਾਲ ਰੋਟੀ ਖਾਦੀ ਜਾਂ ਆਪਾਂ ਜੇ ਇਹ ਕਹਾਂਗੇ ਇਹਦੇ ਵਿੱਚ ਰਾਤੀ ਅਸੀਂ ਆ ਕੱਟ ਦੋ ਰਾਤੀ ਅਸੀਂ ਰੋਟੀ ਖਾਦੀ ਇਹ ਵੀ ਸੈਂਟੈਂਸ ਬਣ ਜੂ ਬਟ ਜਦੋਂ ਸਾਧਨ ਦੇਖਾਂਗੇ ਵੀ ਰੋਟੀ ਖਾਦੀ ਆਪਾਂ ਪੁੱਛੇਂ ਕਾਹਦੇ ਨਾਲ ਰੋਟੀ ਖਾਦੀ ਤਾਂ ਮਤਲਬ ਸਾਗ ਨਾਲ ਸਾਗ ਨਾਲ ਜਿਹੜਾ ਇਹ ਸ਼ਬਦ ਹੈ ਇਹ ਹੈਗਾ ਜੀ ਸਾਧਨ ਜਿਹੜਾ ਆਪਾਂ ਪੈਟਰਨ ਪੜ ਰਹੇ ਆਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਹ ਆਪਾਂ ਦੂਜਾ ਪਾਠ ਕੀਤਾ ਸੁਧਾਰਨ ਵਾਕ ਇਸ ਤੋਂ ਬਾਅਦ ਆਪਾਂ ਸੰਯੁਕਤ ਵਾਕ ਬਾਰੇ ਪੜਾਂਗੇ ਉਸਦੇ ਵੀ ਇਸੇ ਤਰ੍ਹਾਂ ਪੈਟਰਨ ਬਣੇ ਹੋਏ ਨੇ ਤਾਂ ਉਸ ਨੂੰ ਵੀ ਆਪਾਂ ਵਾਰੀ-ਵਾਰੀ ਕੰਟੀਨਿਊ ਕਰਾਂਗੇ ਸੋ ਧੰਨਵਾਦ